ਨਿਰੰਜਨ ਹੋਰਾਂ ਨਾਲ ਗੱਲਬਾਤ ਕਰਦੇ ਹਾਂ। ਸਰ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਨਿਊਜ਼ 18। ਥੈਂਕ ਯੂ। 11 ਸਾਲ ਕੇਸ ਲੱਗ ਗਏ ਫੈਸਲਾ ਸੁਣਾਉਣ ਦੇ ਵਿੱਚ। ਪਹਿਲਾਂ ਜਿਹੜੀ ਐਫ ਆਈ ਆਰ ਦਰਜ ਹੋਈ ਸੀ ਜਦੋਂ ਤੁਹਾਡੇ ਕੋਲ ਕੇਸ ਆਉਂਦਾ ਵਾ, ਉਹ ਤਕਰੀਬਨ 2013 ਤਾਰੀਕ ਸੀਗੀ। ਕਿਸ ਤਰੀਕੇ ਨਾਲ ਇਸ ਕੇਸ ਦੀ ਸ਼ੁਰੂਆਤ ਹੁੰਦੀ ਹੈ, ਤੁਸੀਂ ਕਿਸ ਤਰੀਕੇ ਨਾਲ ਇਸ ਦੇ ਵਿੱਚ ਤੁਹਾਡੇ ਕੋਲ ਇਹ ਕੇਸ ਪਹੁੰਚਦਾ ਵਾ? ਜੀ, ਇਹ ਪੰਜਾਬ ਪੁਲਿਸ ਨੇ ਕਈ ਤਰ੍ਹਾਂ ਦੀ ਡਰੱਗਸ ਫੜੀਆਂ ਸੀਗੀਆਂ 2013 ਦੇ ਵਿੱਚ, ਅਤੇ 2013 ਦੇ ਵਿੱਚ ਐਫ ਆਈ ਆਰ ਦਰਜ ਹੋਈਆਂ, ਕਾਫੀ ਐਫ ਆਈ ਆਰ ਸੀਗੀਆਂ, ਮੁਲਜ਼ਮ ਬਹੁਤ ਸੀਗੇ, ਅਤੇ ਅਸੀਂ ਫਿਰ ਇਸ ਕੇਸ ਦੇ ਵਿੱਚ ਇੰਟਰਵੀਨ ਕੀਤਾ 2014 ਦੇ ਵਿੱਚ। 2013 ਮਾਰਚ ਤੋਂ ਬਾਅਦ ਅਤੇ ਨਵੰਬਰ ਦਸੰਬਰ ਤੱਕ ਪੰਜਾਬ ਪੁਲਿਸ ਆਪਣੀ ਇਨਵੈਸਟੀਗੇਸ਼ਨ ਕਰਦੀ ਰਹੀ। 2014 ਦੇ ਵਿੱਚ ਅਸੀਂ ਇਹਦਾ ਜਿਹੜਾ ਮੇਨ ਬੰਦਾ ਸੀ, ਐਕਟਰ ਸੀਗਾ ਜਗਦੀਸ਼ ਭੋਲਾ, ਉਹਦੀ ਅਸੀਂ ਰਿਮਾਂਡ ਲਿਆ ਅਤੇ ਇੰਟਰੋਗੇਸ਼ਨ ਸ਼ੁਰੂ ਕੀਤੀ 2014 ਜਨਵਰੀ ਦੇ ਵਿੱਚ। ਕਿਉਂਕਿ ਜਗਦੀਸ਼ ਭੋਲਾ ਉਸ ਵੇਲੇ DSP ਸੀ, ਬਹੁਤ ਵੱਡਾ ਨਾਮ ਸੀ ਜਗਦੀਸ਼ ਭੋਲੇ ਦਾ, ਰਿਸ਼ਤਮੇ ਹਿੰਦ ਵੀ ਉਹਨੂੰ ਕਿਹਾ ਜਾਂਦਾ ਸੀ। ਔਰ ਇੱਕ ਪੁਲਿਸ ਨੂੰ ਕਿਸ ਤਰੀਕੇ ਨਾਲ ਉਸਦਾ ਨਾਮ ਜਿਹੜਾ DSP ਲੈਵਲ ਦਾ ਨਾਮ ਸਾਹਮਣੇ ਆਇਆ ਕਿ ਕੀ ਸ਼ਮੂਲੀਅਤ ਉਸਦੀ ਸੀਗੀ ਔਰ ਕਿਸ ਤਰੀਕੇ ਦੀ ਇਹ ਪੂਰੀ ਕਹਾਣੀ ਰਹੀ ਹੈ? ਦੇਖੋ ਜੀ, ਜਿਹੜਾ ਡਰੱਗ ਦਾ ਧੰਦਾ ਹੈ ਉਹਦੇ ਵਿੱਚ ਪੁਲਿਸ, ਇਹ ਮੈਂ ਆਪਣੀ ਇਨਵੈਸਟੀਗੇਸ਼ਨ ਦੇ ਦੌਰਾਨ ਮੈਨੂੰ ਪਤਾ ਲੱਗਿਆ ਕਿ ਪੁਲਿਸ ਦੇ ਜਿਹੜੇ ਆਫਿਸਰਸ ਹੈ ਜਾਂ ਆਫਿਸ਼ਲਸ ਹੈ ਉਹਨਾਂ ਦੀ ਜਿਹੜੀ ਇਨਵੋਲਵਮੈਂਟ ਹੈ ਉਹ ਰਹਿੰਦੀ ਹੈ। ਹਾਲਾਂਕਿ ਜਗਦੀਸ਼ ਭੋਲਾ ਆਪਣੇ ਟਾਈਮ ਦਾ ਇੱਕ ਬਹੁਤ ਅੱਛਾ ਰੈਸਲਰ ਸੀਗਾ, ਰੁਸਤਮੇ ਹਿੰਦ ਸੀਗਾ, ਅਤੇ ਪਰ ਉਹ ਕਿਸੇ ਵਜ੍ਹਾ ਨਾਲ ਡਰੱਗ ਦੇ ਧੰਦੇ 'ਚ ਫਸਿਆ। ਕਈ ਸਾਲ ਉਹਨੇ ਡਰੱਗ ਦਾ ਕੰਮ ਕੀਤਾ, ਪਰ ਅਲਟੀਮੇਟਲੀ 2013 ਦੇ ਵਿੱਚ ਜਿਹੜਾ ਕੇਸ ਆਇਆ ਉਹਦੇ ਵਿੱਚ ਉਹਦੀ ਅਰੈਸਟ ਹੋਈ। ਉਸ ਤੋਂ ਪਹਿਲਾਂ ਕਈ ਡਰੱਗ ਦੇ ਕੇਸਾਂ ਦੇ ਵਿੱਚ ਉਹ ਕੇਸ ਸਿਰੇ ਨਹੀਂ ਚੜੇ। ਔਰ ਇਹ ਭੋਲੇ ਦੀ ਸ਼ਮੂਲੀਅਤ ਕੀ ਹੁੰਦੀ ਸੀ? ਇਹ ਸਰਹੱਦ ਪਾਰ ਤੋਂ ਨਸ਼ਾ ਲਿਆ ਕੇ ਅੱਗੇ, ਕਿਉਂਕਿ ਪੰਜਾਬ ਤਾਂ ਟ੍ਰਾਂਸਿਟ ਪੁਆਇੰਟ ਵੀ ਮੰਨਿਆ ਜਾਂਦਾ ਸੀ, ਇਹ ਕਿਸ ਤਰੀਕੇ ਨਾਲ ਇਹ ਸਾਰੀ ਚੇਨ ਚੱਲਦੀ ਸੀਗੀ? ਇਹ ਕਈ ਤਰ੍ਹਾਂ ਦੇ ਜੀ, ਸਰਹੱਦ ਪਾਰ ਦਾ ਨਸ਼ਾ ਵੀ ਸੀਗਾ ਅਤੇ ਇੱਥੋਂ ਜਿਹੜਾ ਸਿੰਥੈਟਿਕ ਹੈ ਉਹ ਵੀ ਨਸ਼ਾ ਸੀਗਾ, ਇੱਥੋਂ ਜਿਹੜਾ ਨਸ਼ਾ ਬਾਹਰ ਵਾਲੇ ਕੰਟਰੀ 'ਚ ਭੇਜਣਾ ਸੀ ਉਹ ਵੀ ਸੀਗਾ ਸ਼ਾਮਿਲ, ਕੈਨੇਡਾ ਇੱਥੋਂ ਨਸ਼ਾ ਭੇਜਦਾ ਸੀ। ਕਿਉਂਕਿ 6,000 ਕਰੋੜ ਕੀਮਤ ਦੱਸੀ ਜਾ ਰਹੀ ਹੈ ਔਰ ਕਿਹਾ ਜਾ ਰਿਹਾ ਕਿ ਪੂਰਾ ਨੈਕਸਸ ਸੀਗਾ ਸਿਆਸੀ ਲੀਡਰਾਂ ਤੋਂ ਲੈ ਕੇ, ਇਸ ਦੇ ਵਿੱਚ ਪੁਲਿਸ ਦੇ ਬਹੁਤ ਸਾਰੇ ਅਧਿਕਾਰੀ ਸ਼ਾਮਲ ਸੀਗੇ। ਹੁਣ ਜਿਹੜੀ ਸਜ਼ਾ ਵੀ ਹੋਈ, ਕਈ ਸਾਰੇ ਲੋਕਾਂ ਨੂੰ 10-10 ਸਾਲ ਦੀ ਸਜ਼ਾ ਹੋਈ, ਕਿਸੇ ਨੂੰ 5 ਸਾਲ ਦੀ ਹੋਈ, ਤਾਂ ਉਹ ਨੈਕਸਸ ਤੁਸੀਂ ਕਿਵੇਂ ਤੋੜਿਆ ਜਾਂ ਉਹ ਨੈਕਸਸ ਤੇ ਤੁਸੀਂ ਕਿਸ ਤਰੀਕੇ ਨਾਲ ਇਹ ਇਨਵੈਸਟੀਗੇਸ਼ਨ ਨੂੰ, ਮੈਂ ਸਮਝਣਾ ਚਾਹੁੰਦਾ ਸੌਖੇ ਸ਼ਬਦਾਂ ਦੇ ਵਿੱਚ, ਤੁਸੀਂ ਇਨਵੈਸਟੀਗੇਸ਼ਨ ਜੋ ਤੁਹਾਡੇ ਕੋਲ ਇਹ ਕੇਸ ਪਹੁੰਚਿਆ ਕਿਵੇਂ ਪਹੁੰਚਿਆ, ਕਿਸ ਤਰੀਕੇ ਦੀ ਸ਼ਮੂਲੀਅਤ ਰਹੀ ਔਰ ਇੰਨਾ ਸਮਾਂ ਕਿਵੇਂ ਲੱਗ ਗਿਆ? ਜੀ, ਇਹ ਜਿਸ ਟਾਈਮ ਪੁਲਿਸ ਨੇ ਡਰੱਗਸ ਦਾ ਜਿਹੜਾ ਇਹ ਪਰਦਾਫਾਸ਼ ਕੀਤਾ ਅਤੇ ਐਫ ਆਈ ਆਰ ਦਰਜ ਕੀਤੀਆਂ, ਮੁਲਜ਼ਮਾਂ ਨੂੰ ਫੜਿਆ, ਅਤੇ ਉਸ ਤੋਂ ਬਾਅਦ ED ਪਿਕਚਰ 'ਚ ਆਉਂਦੀ ਹੈ। ਇਹ ED ਨੇ ਇਨੀਸ਼ੀਏਟ ਕੀਤਾ ਇਨਵੈਸਟੀਗੇਸ਼ਨ। ਉਸ ਟਾਈਮ ਇਹ ਸਾਰੇ ਜਿੰਨੇ ਐਕਟਰ ਸੀਗੇ ਇਸ ਦੇ ਵਿੱਚ, ਮਾਫੀਆ ਦੇ ਵਿੱਚ ਇਹ ਸਾਰੇ ਜਿੰਨੇ ਵੀ ਸ਼ਾਮਿਲ ਸੀਗੇ ਅਕਿਊਜ਼ਡ ਬੰਦੇ, ਉਹਨਾਂ ਸਾਰਿਆਂ ਦੀ ਰਿਮਾਂਡ ਲਿਆ ਗਿਆ, ਕਈਆਂ ਦਾ ਰਿਮਾਂਡ ਲਿਆ ਗਿਆ, ਸਾਰਿਆਂ ਦੀ ਸਟੇਟਮੈਂਟ ਲਈ ਗਈ, ਉਹਨਾਂ ਦੀ ਇਨਵੈਸਟੀਗੇਸ਼ਨ ਕੀਤੀ ਗਈ, ਉਹਨਾਂ ਦੀ ਪ੍ਰੋਪਰਟੀਆਂ ਕਿੱਥੇ ਬਣਾਈਆਂ, ਉਹਨਾਂ ਦੇ ਰਿਸ਼ਤੇਦਾਰੀਆਂ ਦਾ ਪ੍ਰੋਪਰਟੀਆਂ ਕਿੱਥੇ ਹੈ, ਉਹ ਸਾਰਾ ਇੱਕ ਲੰਮਾ ਚੌੜਾ ਪ੍ਰੋਸੈਸ ਅਤੇ ਕਾਫੀ ਲੋਕਾਂ ਦੀ, ਮੇਰੇ ਖਿਆਲ 68 ਲੋਕਾਂ ਦੀ ਜਿਹੜੇ ਐਂਟੀਟੀਜ਼ ਹੈ ਉਹਨਾਂ ਦੀ ਚਾਰਜਸ਼ੀਟ ਬਣਾਈ ਗਈ, 6 ਚਾਰਜਸ਼ੀਟ ਫਾਈਲ ਕੀਤੀਆਂ ਸੀਗੀਆਂ। ਅਤੇ ਆਹ ਜਿਹੜਾ ਹੁਣ ਪਰਸੋਂ ਜਿਹੜਾ ਜਜਮੈਂਟ ਆਇਆ ਉਹ ਸਿਰਫ 4 ਚਾਰਜਸ਼ੀਟਾਂ ਦਾ ਜਜਮੈਂਟ ਹੈ। ਟੋਟਲ 23 ਮੁਲਜ਼ਮ ਸ਼ਾਮਿਲ ਇਹਨਾਂ 'ਚ ਸੀਗੇ, ਬਾਕੀ ਜਿਹੜੀ ਚਾਰਜਸ਼ੀਟਾਂ ਉਹ ਪੈਂਡਿੰਗ ਹੈ, ਅਤੇ ਤਕਰੀਬਨ 45 ਮੁਲਜ਼ਮ ਜਾਂ ਫਿਰ ਐਂਟੀਟੀਜ਼ ਦੇ ਖਿਲਾਫ ਉਹ ਹਾਲੇ ਮੈਟਰ ਪੈਂਡਿੰਗ ਹੈ।
ਪਰ ਇਹਨਾਂ ਜਿਹੜੀ 23 ਬੰਦੇ ਸੀ ਇਹਨਾਂ 2 ਬੰਦੇ ਪੀਓ ਨੇ, 4 ਦੀ ਡਿਊਰਿੰਗ ਟ੍ਰਾਇਲ ਡੈਥ ਹੋ ਚੁੱਕੀ ਤੇ ਬਾਕੀ 17 ਬੰਦਿਆਂ ਨੂੰ 10 ਸਾਲ ਤੋਂ ਲੈ ਕੇ 3 ਸਾਲ ਤੱਕ ਸਜ਼ਾ ਹੋਈ ਹੈ। ਜਗਦੀਸ਼ ਭੋਲਾ ਮੰਨ ਗਿਆ ਸੀ, ਜਗਦੀਸ਼ ਭੋਲੇ ਦੇ ਖਿਲਾਫ਼ ਕੀ ਪ੍ਰੋਪਰਟੀ ਤੁਸੀਂ ਦੇਖੀ ਜਾਂ ਜਗਦੀਸ਼ ਭੋਲੇ ਦੇ ਕੀ ਸਬੂਤ ਹੈ? ਜਗਦੀਸ਼ ਭੋਲੇ ਨੇ ਜੀ ਪ੍ਰੋਪਰਟੀ ਇਨਵੈਸਟੀਗੇਸ਼ਨ ਦੇ ਮੁਤਾਬਕ ਜਿਹੜੀ ਪ੍ਰੋਪਰਟੀ ਬਣਾਈ ਹੈ ਉਹ ਪ੍ਰੋਪਰਟੀ ਡਰੱਗ ਦੀ ਕਮਾਈ ਨਾਲ ਬਣਾਈਆਂ ਗਈਆਂ, ਚਾਹੇ ਉਹ ਆਪਣੀ ਵਾਈਫ ਦੇ ਨਾਂ 'ਤੇ ਬਣਾਈਆਂ ਹੋਣ, ਚਾਹੇ ਉਹ ਆਪਣੇ ਹੋਰ ਰਿਲੇਸ਼ਨ ਦੇ ਨਾਂ 'ਤੇ ਬਣਾਈਆਂ ਹੋਣ, ਉਹ ਪ੍ਰੋਪਰਟੀਜ਼ ਕਾਫੀ ਬਹੁਤ ਸਾਰੀ ਪ੍ਰੋਪਰਟੀਜ਼ ਹੈ, ਡਿਟੇਲ ਕਾਫੀ ਲੰਮਾ ਹੈ ਅਤੇ ਉਹ ਪ੍ਰੋਪਰਟੀਜ਼ ਅਸੀਂ ਅਟੈਚ ਕੀਤੀਆਂ ਨੇ। ਅਟੈਚ ਕਰਨ ਤੋਂ ਬਾਅਦ ਫਿਰ ਉਹ ਕਨਫਰਮ ਵੀ ਹੋਈਆਂ, ਫਿਰ ਓਨਰੇਬਲ ਕੋਰਟ ਨੇ ਹੁਣ ਕਨਫਿਸਕੇਟ ਕਰਤੀਆਂ। ਉਸ ਤੋਂ ਇਲਾਵਾ ਬੜਾ ਅਜੀਬ ਜਿਹਾ ਹੋਰ ਵੀ ਇਹਦੇ ਵਿੱਚ ਮੈਟਰ ਆਇਆ ਕਿ ਕਿਤੇ ਇੱਕ ਅਮਾਊਂਟ 50 ਲੱਖ ਰੁਪਏ ਅਮਾਊਂਟ ਕਿਤੇ ਇਹਦੀ ਸੀਗੀ, ਉਹ ਬਜਾਜ ਕੋਈ ਮਨੀ ਐਕਸਚੇਂਜਰ ਸੀਗੇ, ਉਹਨਾਂ ਨੇ ਪੁਲਿਸ ਨੂੰ ਸਰੈਂਡਰ ਕਰਤਾ। ਨਾ ਭੋਲੇ ਨੇ ਕਿਹਾ ਮੇਰੇ ਪੈਸੇ ਹੈ ਅਤੇ ਨਾ ਇਹਨਾਂ ਨੇ ਕਿਹਾ ਬਜਾਜ ਨੇ ਕਿਹਾ ਸਾਡੇ ਪੈਸੇ ਹੈ, ਉਹ ਪੈਸੇ ਵੀ ਕਨਫਿਸਕੇਟ ਹੋ ਗਏ। ਜਗਦੀਸ਼ ਭੋਲੇ ਦੇ ਪਰਿਵਾਰਕ ਮੈਂਬਰਾਂ ਦਾ ਨਾਮ ਵੀ ਆਉਂਦਾ, ਉਹਨਾਂ ਦੀ ਕੀ ਸ਼ਮੂਲੀਅਤ ਸੀਗੀ ਡਰੱਗਸ ਰੈਕਟ ਦੇ ਵਿੱਚ? ਉਹ ਕਿਉਂਕਿ ਦੇਖੋ ਜੀ ਡਰੱਗ ਦਾ ਜਿਹੜਾ ਮੈਟਰ NDPS 'ਚ ਆਉਂਦਾ ਅਤੇ ਉਹ ਪੁਲਿਸ ਦਾ ਕੰਮ ਹੈ ਇਨਵੈਸਟੀਗੇਸ਼ਨ ਕਰਨਾ, ਪਰ ਸਾਡੇ ਜਿਹੜਾ ਕੰਮ ਹੈ ਮਨੀ ਲਾਂਡਰਿੰਗ ਦਾ ਹੈ ਅਤੇ ਜਿਹੜਾ ਅਸੈਟ ਜਾਂ ਜਿਹੜੇ ਪ੍ਰੋਪਰਟੀਜ਼ ਬਣਾਈ ਜਾਂਦੀਆਂ ਨੇ ਕ੍ਰਾਈਮ ਮਨੀ ਤੋਂ, ਡਰੱਗ ਦੇ ਕ੍ਰਾਈਮ ਤੋਂ, ਉਹ ਕਿਹਨਾਂ ਕਿਹਨਾਂ ਲੋਕਾਂ ਦੇ ਨਾਂ ਹੈ, ਉਹਨਾਂ ਦੇ ਰਿਸ਼ਤੇਦਾਰ ਨੇ ਜਾਂ ਵਾਈਫ ਹੈ ਜਾਂ ਫਾਦਰ ਇਨ ਲਾ ਨੇ, ਮਦਰ ਇਨ ਲਾ ਨੇ, ਮਦਰ ਨੇ, ਫਾਦਰ ਨੇ, ਅਤੇ ਇਹਨਾਂ ਦੇ ਫਾਦਰ ਅਤੇ ਮਦਰ ਦੀ ਪਿੱਛੇ ਡੈਥ ਹੋ ਚੁੱਕੀ ਹੈ, ਬਾਕੀ ਜਿਹੜੇ ਇਹਨਾਂ ਦੀ ਵਾਈਫ ਅਤੇ ਇਹਨਾਂ ਦੇ ਜਿਹੜੇ ਫਾਦਰ ਇਨ ਲਾ ਹੈ, ਮਦਰ ਇਨ ਲਾ, ਇਹਨਾਂ ਨੂੰ ਸਜ਼ਾ ਹੋ ਚੁੱਕੀ, ਇਹਨਾਂ ਦੀ ਪ੍ਰੋਪਰਟੀ ਵੀ ਜ਼ਬਤ ਹੋ ਚੁੱਕੀ ਹੈ। ਇਸ ਪੂਰੇ ਕੇਸ ਦੇ ਵਿੱਚ ਇੱਕ ਸਿਆਸੀ ਪਾਰਟੀ ਦੇ ਬਹੁਤ ਵੱਡੇ ਲੀਡਰ ਦਾ ਨਾਂ ਵੀ ਸਾਹਮਣੇ ਆਇਆ, ਹਾਲਾਂਕਿ ਅਜੇ ਵੀ SIT ਜਾਂਚ ਕਰ ਰਹੀ, ਸਭ ਕੁਝ ਕਰ ਰਹੀ, ਉਹਨਾਂ ਦੀ ਨਾਮ ਕਿਵੇਂ ਆਉਣਾ, ਉਹਨਾਂ ਦੀ ਸ਼ਮੂਲੀਅਤ ਕੀ ਕੁਛ ਤੁਹਾਡੀ ਜਿਹੜੀ ਫਾਈਂਡਿੰਗ ਰਿਪੋਰਟ ਸੀਗੀ, ਜਾਂ ਤੁਹਾਨੂੰ ਲੱਗਦਾ ਕਿ ਸਿਰਫ ਨਾਮ ਭੋਲੇ ਨੇ ਲਿਆ, ਕੋਈ ਰੋਲ ਨਹੀਂ ਸੀਗਾ? ਦੇਖੋ ਜੀ, ਉਹ ਮੈਟਰ ਹਲੇ ਵੀ ਇਨਵੈਸਟੀਗੇਸ਼ਨ ਦੇ ਅੰਡਰ ਹੈਗਾ ਅਤੇ ਇਨਵੈਸਟੀਗੇਸ਼ਨ ਜਿਸ ਇੰਟੈਰੋਗੇਸ਼ਨ ਹੋ ਰਿਹਾ ਸੀ ਉਸ ਟਾਈਮ ਜਿਹੜੇ ਜਿਹੜੇ ਬੰਦਿਆਂ ਦੇ ਨਾਮ ਆਏ, ਕਈਆਂ ਦੀ ਅਸੀਂ ਚਾਰਜਸ਼ੀਟ ਕਰ ਚੁੱਕੇ ਹਾਂ, ਜਿਨ੍ਹਾਂ ਦੀ ਚਾਰਜਸ਼ੀਟ ਨਹੀਂ ਹੋਈ ਜਾਂ ਇਨਵੈਸਟੀਗੇਸ਼ਨ ਕੰਪਲੀਟ ਨਹੀਂ ਹੈ, ਉਹਨਾਂ ਦੇ ਬਾਰੇ ਬੋਲਣਾ ਠੀਕ ਨਹੀਂ। ਦੂਜਾ ਵੀ, ਕਿਉਂਕਿ ਇੱਕ ਅਧਿਕਾਰੀ 'ਤੇ ਬਹੁਤ ਜ਼ਿਆਦਾ ਪ੍ਰੈਸ਼ਰ ਹੁੰਦਾ ਜਦੋਂ ਸਿਆਸੀ ਲੀਡਰਾਂ ਅਤੇ ਪੁਲਿਸ ਦੇ ਅਧਿਕਾਰੀਆਂ ਦਾ ਨਾਮ ਹੋਵੇ ਔਰ ਵੱਡੇ ਵੱਡੇ ਅਹੁਦੇ ਹੋਣ, ਵੱਡੇ ਵੱਡੇ ਉਹਨਾਂ ਦੇ ਨਾਮ ਹੋਣ, ਤੁਹਾਡੇ 'ਤੇ ਕੋਈ ਪ੍ਰੈਸ਼ਰ ਸੀਗਾ, ਤੁਹਾਨੂੰ ਕੋਈ ਥ੍ਰੈਟ ਕੀਤਾ ਗਿਆ? ਹਾਲਾਂਕਿ ਤੁਹਾਡੀ ਟ੍ਰਾਂਸਫਰ ਵੀ ਇੱਕ ਵਾਰ ਇਸ ਪੂਰੇ ਮਸਲੇ 'ਤੇ ਹੋ ਗਈ ਸੀ ਡਿਊਰਿੰਗ ਇਨਵੈਸਟੀਗੇਸ਼ਨ। ਦੇਖੋ ਜੀ, ਨੋਰਮਲੀ ਜਿਹੜਾ ਇਨਵੈਸਟੀਗੇਟਿੰਗ ਆਫਿਸਰ ਹੈ, ਨੋਰਮਲ ਪ੍ਰੈਸ਼ਰ ਸਾਰੇ ਅਫਸਰਾਂ ਦੇ ਉੱਪਰ ਆਉਂਦੇ ਨੇ, ਨੋਰਮਲ ਪ੍ਰੈਸ਼ਰ, ਪਰ ਜਿਸ ਟਾਈਮ ਲਿਮਿਟ ਤੋਂ ਜ਼ਿਆਦਾ ਪ੍ਰੈਸ਼ਰ ਆਉਂਦੇ ਹੈ ਉਹ ਫਿਰ ਠੀਕ ਨਹੀਂ। ਅਤੇ ਇੱਕ ਪਬਲਿਕ ਨੂੰ ਸਾਰਾ ਇਹ ਪਤਾ ਹੈ ਕਿ ਜਿਸ ਟਾਈਮ ਮੈਂ ਇਨਵੈਸਟੀਗੇਸ਼ਨ ਕਰ ਰਿਹਾ ਸੀ ਅਤੇ ਮੇਰਾ ਇੱਥੋਂ ਟ੍ਰਾਂਸਫਰ ਵੈਸਟ ਬੰਗਾਲ ਹੋ ਗਿਆ ਸੀ ਅਤੇ ਉਹ ਹਾਈ ਕੋਰਟ ਨੇ ਸਟੇਅ ਦਿੱਤਾ, ਉਹ ਉਸਦਾ ਰਿਜ਼ਲਟ ਇਹ ਹੋਇਆ ਕਿ ਇਨਵੈਸਟੀਗੇਸ਼ਨ ਚੱਲਦੀ ਰਹੀ ਅਤੇ ਇਨਵੈਸਟੀਗੇਸ਼ਨ ਕੰਪਲੀਟ ਹੋ ਕੇ ਚਾਰਜਸ਼ੀਟ ਫਾਈਲ ਹੋਈਆਂ ਅਤੇ ਫਿਰ ਉਸ ਤੋਂ ਬਾਅਦ ਇਹਨਾਂ ਦੀ ਸਜ਼ਾ ਵੀ ਹੋ ਗਈ। ਪਰ ਜਿਹੜੀ ਦੂਸਰੀ ਗੱਲ ਹੈ ਕਿ ਪ੍ਰੈਸ਼ਰ ਜਾਂ ਇਸ ਤਰ੍ਹਾਂ ਦੇ ਕੀ ਆਉਂਦੇ ਹੈ, ਉਹ ਪ੍ਰੈਸ਼ਰ ਨਹੀਂ ਆਉਣੇ ਚਾਹੀਦੇ। ਪ੍ਰੈਸ਼ਰ ਤੁਸੀਂ ਇਸ ਗੱਲ ਤੋਂ ਸਮਝ ਲਓ, ਜਾਂ ਮੇਰੀ ਅਨਹੈਪੀਨੈਸ ਸੀ ਜਿਸ ਸਪੀਡ ਨਾਲ ਕੰਮ ਚੱਲਦਾ ਸੀ, ਜਾਂ ਜਿਹੜੀ ਕੋਆਪਰੇਸ਼ਨ ਨਹੀਂ ਮਿਲਿਆ ਕੰਸਰਨ ਅਥਾਰਟੀ ਤੋਂ। ਮੈਂ 2018 ਦੇ ਵਿੱਚ ਮੈਂ ਰਿਜ਼ਾਇਨ ਵੀ ਕੀਤਾ ਸੀ ਡਿਪਾਰਟਮੈਂਟ ਤੋਂ 2018 ਅਕਤੂਬਰ ਦੇ ਵਿੱਚ। ਫਿਰ ਉਹ ਮਾਨਯੋਗ ਹਾਈਕੋਰਟ ਨੇ ਆਰਡਰ ਕੀਤਾ ਕਿ ਨਹੀਂ, ਤੁਸੀਂ ਰਿਜ਼ਾਇਨ ਨਹੀਂ ਕਰ ਸਕਦੇ, ਹਾਲੇ ਇਨਵੈਸਟੀਗੇਸ਼ਨ ਪੈਂਡਿੰਗ ਹੈ। ਅਤੇ ਯੈਸ, ਡਿਸਅਪਾਇੰਟਮੈਂਟ ਸੀਗੀ ਕਿ ਇਸ ਤਰ੍ਹਾਂ ਦਾ ਪ੍ਰੈਸ਼ਰ ਨਹੀਂ ਆਉਣਾ ਚਾਹੀਦਾ। ਲਾਲਚ ਕੋਈ ਮਿਲੀ ਤੁਹਾਨੂੰ, ਥ੍ਰੈਟ ਸੀਗਾ ਕੋਈ? ਕਈ ਵਾਰ ਕਰੋੜਾਂ ਰੁਪਏ ਦੀ ਔਫਰ ਵੀ ਹੁੰਦੀ ਹੈ, ਕੋਈ ਇਸ ਤਰੀਕੇ ਦਾ ਸੀਗਾ? ਨਹੀਂ, ਲਾਲਚ ਕਦੇ ਨਹੀਂ ਮੈਨੂੰ, ਮੇਰੇ ਲਾਈਫ 'ਚ ਕਿਸੇ ਨੇ ਔਫਰ ਨਹੀਂ ਮੈਨੂੰ ਕਦੇ ਦਿੱਤਾ, ਨਾ ਲਾਲਚ ਕਦੇ ਦਿੱਤਾ, ਨਾ ਮੈਨੂੰ ਕਦੇ ਆਇਆ।
ਪਰ ਹਾਂ ਇਹ ਜ਼ਰੂਰ ਹੈ ਕਿ ਥਰੈਟਸ ਕਈ ਤਰ੍ਹਾਂ ਦੀ ਸੀਗੀਆਂ ਅਤੇ ਉਹ ਥਰੈਟ ਦਾ ਮੇਰੇ ਖਿਆਲ ਓਨਰੇਬਲ ਹਾਈ ਕੋਰਟ ਨੇ ਨੋਟਿਸ ਲਿਆ ਅਤੇ ਉਸੇ ਟਾਈਮ ਦੀ ਸਿਕਿਉਰਿਟੀ ਪ੍ਰੋਵਾਈਡ ਕੀਤੀ ਹੋਈ ਹੈ, ਪੰਜਾਬ ਪੁਲਿਸ ਦੀ ਸਿਕਿਉਰਿਟੀ ਦਿੱਤੀ ਹੋਈ ਹੈ ਉਸੇ ਟਾਈਮ ਦੀ, ਅਤੇ ਉਹ ਵੈਸੇ ਵੀ ਇਹ ਜਿਹੜਾ ਥਰੈਟ ਹੈ ਇਹਨੂੰ ਕੋਈ ਜ਼ਿਆਦਾ ਸੀਰੀਅਸ ਨਹੀਂ ਸੀ ਲੈਂਦੇ, ਪਰਮਾਤਮਾ ਦੇ ਹੱਥ ਹੈ ਸਭ ਕੁਛ। ਅਮੂਮਨ ਕਿਹਾ ਜਾਂਦਾ ਹੈ ਕਿ ਏਜੰਸੀਆਂ ਕੇਸ ਤਾਂ ਸ਼ੁਰੂ ਕਰ ਦਿੰਦੀਆਂ ਨੇ, ED, CBI, ਲੇਕਿਨ ਇਹ ਸਿਰੇ ਨਹੀਂ ਚੜਦਾ, ਅਦਾਲਤਾਂ ਚ ਫੇਲ ਹੋ ਜਾਂਦੇ ਨੇ, ਕਈ ਵਾਰ ਸਰਕਾਰਾਂ ਦੇ ਦਬਾਅ ਹੇਠ ਇਸ ਤਰੀਕੇ ਦਾ ਕੇਸ ਬਣਾ ਦਿੱਤਾ ਜਾਂਦਾ ਵੈ, ਲੇਕਿਨ ਤੁਹਾਨੂੰ 11 ਸਾਲ ਲੱਗ ਗਏ ਔਰ ਹੁਣ ਫੈਸਲਾ ਵੀ ਹੋਇਆ। ਯੈਸ, ਇਹ ਬੜਾ ਟਫ ਹੈ, ਬਹੁਤ ਮੁਸ਼ਕਿਲ ਕੰਮ ਹੈ। ਇਹ 2017 ਤੋਂ ਬਾਅਦ ਮੈਂ ਇਸ ਕੇਸ ਦੇ ਨਾਲ ਡਾਇਰੈਕਟਲੀ ਲਿੰਕਡ ਨਹੀਂ ਸੀਗਾ ਕਿਉਂਕਿ ਮੈਂ ਸੁਪਰਵਾਈਜ਼ਰੀ ਆਫਿਸਰ ਸੀਗਾ, ਪਰ ਫਿਰ ਵੀ ਉਸ ਟਾਈਮ ਤੋਂ ਲਗਾਤਾਰ ਮੈਂ ਜਿੱਥੇ ਵੀ ਕੋਰਟ, ਚਾਹੇ ਹਾਈ ਕੋਰਟ ਹੋਵੇ ਚਾਹੇ ਟ੍ਰਾਇਲ ਕੋਰਟ ਹੋਵੇ, ਮੈਂ ਆਉਂਦਾ ਰਿਹਾ ਡੇਟ ਦੇ, ਮੇਰੀ ਰਿਕੁਆਇਰਮੈਂਟ ਨਹੀਂ ਸੀ, ਫਿਰ ਵੀ ਮੈਂ ਡੇਟ ਦੇ ਆਉਂਦਾ ਰਿਹਾ ਕਿਉਂਕਿ ਮਾਨਯੋਗ ਕੋਰਟ ਨੂੰ ਵੀ ਇਹ ਲੱਗੇ ਕਿ ਪੈਰਵੀ ਹੋ ਰਹੀ ਹੈ ਅਤੇ ਜੇ ਸਾਡੀ ਮੇਰੀ ਕਿਤੇ ਲੋੜ ਸੀ ਤਾਂ ਮੈਂ ਉਹ ਕੰਮ ਕਰਦਾ ਸੀ। ਅਤੇ ਦੂਸਰੀ ਇਹ ਹੈ ਕਿ ਜੇ ਪਰਸ਼ੂ ਨਾ ਕੀਤਾ ਜਾਏ ਕੋਈ ਕੇਸ ਅਤੇ ਜਿੰਨਾ ਮਰਜ਼ੀ ਉਹਦੇ ਵਿੱਚ ਐਵੀਡੈਂਸ ਹੋਵੇ ਅਤੇ ਫਿਰ ਉਹ ਕਿਸੇ ਪਾਸੇ ਲੱਗਦਾ ਨਹੀਂ ਕੇਸ। ਸੋ ਮੈਨੂੰ ਇਹ ਲੱਗਿਆ ਕਿ 2013 'ਚ ਮੈਂ ਸ਼ੁਰੂ ਕੀਤਾ ਸੀ ਅਤੇ ਜਦ ਤੱਕ ਮੈਂ ਇਹਨਾਂ ਨੂੰ ਕਿਸੇ ਕੰਕਲੂਜਨ ਦੇ ਵਿੱਚ ਨਾ ਲੈ ਕੇ ਜਾਵਾਂ ਤਾਂ ਫਿਰ ਉਹ ਠੀਕ ਨਹੀਂ ਹੈਗਾ, ਮੇਰੀ ਜ਼ਿੰਮੇਵਾਰੀ ਸੀ। ਅਤੇ ਮੈਨੂੰ ਪਰਸੋਂ ਮੈਨੂੰ ਬੜੀ ਖੁਸ਼ੀ ਹੋਈ ਕਿ ਜਿਹੜੀ ਮੈਂ ਕੰਮ ਸ਼ੁਰੂ ਕੀਤਾ ਸੀ ਉਹਦਾ ਰਿਜ਼ਲਟ ਅੱਛਾ ਮਿਲਿਆ ਸਰ। ਅਮੂਮਨ ਹੁੰਦਾ ਹੈ ਕਿ ਗਵਾਹ ਕੋਰਟ 'ਚ ਮੁੱਕਰ ਜਾਂਦੇ ਨੇ, ਇਨਵੈਸਟੀਗੇਸ਼ਨ 'ਚ ਤਾਂ ਆਪਣੀ ਪੂਰੀ ਬਿਆਨ ਸਟੇਟਮੈਂਟ ਦੇ ਦਿੰਦੇ ਆ, ਇੱਥੇ ਵੀ ਇਸ ਕੇਸ 'ਚ ਕਦੀ ਹੋਇਆ? ਨਹੀਂ, ਗਵਾਹ ਤਾਂ ਸਾਡੇ ਸਰਕਾਰੀ ਗਵਾਹ ਨੇ ਜੀ, ਮੈਂ ਹੀ ਮੇਨ ਗਵਾਹ ਸੀ। ਮੇਨ ਗਵਾਹ ਦਾ ਆਇਆ ਕਿਸੇ ਵੀ ਸਰਕਾਰੀ ਗਵਾਹ ਦਾ ਮੁੱਕਰਨ ਦਾ ਕੋਈ ਮਤਲਬ ਨਹੀਂ। ਸੋ ਮੈਂ ਤਾਂ ਚਟਾਨ ਦੀ ਮੰਗ ਖੜਿਆ ਸੀ ਅਤੇ ਉਹਦਾ ਰਿਜ਼ਲਟ ਤੁਹਾਡੇ ਸਾਹਮਣੇ ਹੈ, ਸਜ਼ਾ ਹੋਈ ਅਪਰਾਧੀਆਂ ਨੂੰ ਜੋ ਵੀ ਹੈ। ਅੱਛਾ, ਪੰਜਾਬੀ ਤਾਂ ਜਾਣੇ ਜਾਂਦੇ ਸੀਗੇ ਆਪਣੇ ਸੁਭਾਅ ਵਾਸਤੇ, ਖੇਡਾਂ ਵਾਸਤੇ, ਆਰਮੀ 'ਚ ਜਾਣ ਵਾਸਤੇ, ਲੇਕਿਨ ਪੰਜਾਬ 'ਚ ਇਸ ਵੇਲੇ ਸਭ ਤੋਂ ਵੱਡੀ ਤ੍ਰਾਸਦੀ ਹੈ ਨਸ਼ੇ ਦੀ। ਸਭ ਤੋਂ ਵੱਡਾ ਕੇਸ ਤੁਹਾਡੇ ਕੋਲ ਆਇਆ ਔਰ ਅੱਜ ਪਿੰਡਾਂ 'ਚ, ਕਾਲਜਾਂ 'ਚ, ਯੂਨੀਵਰਸਿਟੀਆਂ 'ਚ ਨਸ਼ਾ ਪਹੁੰਚ ਗਿਆ ਔਰ ਪੰਜਾਬ ਬਦਨਾਮ ਹੀ ਹੁਣ ਤਾਂ ਦੇਸ਼ 'ਚ ਦੇਖਿਆ ਵੀ ਪੰਜਾਬੀਆਂ ਨੂੰ ਇਸੇ ਤਰੀਕੇ ਨਾਲ ਜਾਂਦਾ। ਇਹ ਤੁਸੀਂ ਇਨਵੈਸਟੀਗੇਸ਼ਨ ਦੌਰਾਨ ਇਹ ਵੀ ਲੱਭਣ ਦੀ ਕੋਸ਼ਿਸ਼ ਕੀਤੀ ਕਿ ਕਦੋਂ ਅਤੇ ਕਿਸ ਵਜ੍ਹਾ ਕਰਕੇ ਨਸ਼ਾ ਜਿਹੜਾ ਉਹ ਪੰਜਾਬ ਦੇ ਵਿੱਚ ਆਇਆ, ਕਿਉਂਕਿ ਬਾਹਰਲੇ ਮੁਲਕ ਤਾਂ ਕਈ ਅਫਰੀਕਾ, ਅਰਜਨਟੀਨਾ ਬਦਨਾਮ ਸੀਗੇ ਨਸ਼ੇ ਕਰਕੇ, ਪੰਜਾਬ 'ਚ ਕਿਵੇਂ ਆਇਆ ਔਰ ਕਿਸ ਦੀ ਸ਼ਹਿ 'ਤੇ ਆਇਆ ਔਰ ਕਿਸ ਤਰੀਕੇ ਨਾਲ ਇਹ ਪਿੰਡਾਂ 'ਚ ਘਰਾਂ 'ਚ ਪਹੁੰਚ ਗਿਆ? ਜੀ, ਇਹ ਸਾਨੂੰ ਸਾਰੇ ਪੰਜਾਬੀਆਂ ਨੂੰ ਸੋਚਣਾ ਪਏਗਾ, ਜਿੰਨੀ ਅਥਾਰਟੀਜ਼ ਹੈ, ਜਿੰਨੀ ਸਰਕਾਰ ਦੇ ਵਿੱਚ ਪੋਲੀਟੀਕਲ ਅਥਾਰਟੀਜ਼ ਹੈ ਜਾਂ ਸਿਵਲ ਅਥਾਰਟੀਜ਼, ਇਹਨਾਂ ਨੂੰ ਸੋਚਣਾ ਪੈਣਾ ਹੈ ਕਿ ਇਹਦੀ ਜਿਹੜੀ ਹਿਸਟਰੀ ਹੈ ਕੋਈ ਜ਼ਿਆਦਾ ਲੰਮੀ ਨਹੀਂ ਹੈਗੀ। ਇਹ ਤਕਰੀਬਨ 2005 ਤੋਂ 2007 ਦੇ ਵਿੱਚ ਇਹਦੀ ਸ਼ੁਰੂਆਤ ਥੋੜ੍ਹੀ ਹੋਈ, ਪਰ ਉਸ ਤੋਂ ਬਾਅਦ 2007 ਤੋਂ ਲੈ ਕੇ ਅਤੇ ਅਗਲੇ 2014 ਤੱਕ ਇਹ ਪੀਕ ਦੇ ਉੱਪਰ ਸੀ ਅਤੇ 14 ਤੋਂ ਬਾਅਦ ਵੀ ਫਿਰ ਕਾਫੀ ਟਾਈਮ 2022 ਤੱਕ ਇਹ ਨਸ਼ੇ ਦੇ ਵਿੱਚ ਕੋਈ ਠੱਲ ਨਹੀਂ ਸੀ, ਚਾਹੇ ਕੇਸ ਬਹੁਤ ਵੱਡੇ ਪੜੇ ਗਏ। ਉਸ ਤੋਂ ਬਾਅਦ ਵੀ ਪ੍ਰੈਜੈਂਟ ਜਿਹੜੀ ਸਰਕਾਰ ਹੈ ਇਸ ਦੇ ਟਾਈਮ ਵੀ ਰਿਕਵਰੀ ਬਹੁਤ ਹੋਈ ਹੈ, ਰਿਕਵਰੀ ਕਾਫੀ ਹੈ, ਰਿਕਵਰੀ ਪਹਿਲਾਂ ਵੀ ਹੁੰਦੀ ਸੀ, ਪਰ ਇਹ ਜਵਾਬ ਨਹੀਂ। ਸਾਡੇ ਗਲੀਆਂ ਮੁਹੱਲਿਆਂ 'ਚ, ਸਾਡੇ ਸਕੂਲਾਂ 'ਚ, ਸਾਡੇ ਕਾਲਜਾਂ 'ਚ, ਸਾਡੇ ਸੱਥ ਦੇ ਵਿੱਚ ਜਿਹੜੀ ਨਸ਼ੇ ਦੀ ਲੱਤ ਲੱਗੀ ਹੈ ਇਸ ਨੂੰ ਸਾਨੂੰ ਖਤਮ ਕਰਨਾ ਪੈਣਾ। ਅਸੀਂ ਸਾਰੇ ਵਰਲਡ ਦੇ ਵਿੱਚ ਬਦਨਾਮ ਹੋ ਚੁੱਕੇ ਹਾਂ, ਨਸ਼ੇੜੀ ਕਹਿੰਦੇ ਸਾਨੂੰ, ਸਾਰੀ ਇੰਡੀਆ ਦੇ ਵਿੱਚ ਜਿੱਥੇ ਅਸੀਂ ਜਾਂਦੇ ਹਾਂ ਉੱਥੇ ਇਹੀ ਸਵਾਲ ਪੁੱਛਦੇ ਹਾਂ ਜੀ, ਪੰਜਾਬ ਦੇ ਵਿੱਚ ਨਸ਼ਾ ਬਹੁਤ ਹੈ। ਸੋ ਇਹ ਜਿਹੜੀ ਬਦਨਾਮੀ ਹੈ ਇਹ ਧੋਣੀ ਪੈਣੀ ਸਾਨੂੰ, ਸਾਰੇ ਪੰਜਾਬੀਆਂ ਨੂੰ ਸਾਨੂੰ ਹੱਲਾ ਮਾਰਨਾ ਪੈਣਾ। ਸਰਕਾਰ ਪੁਲਿਸ ਇਹ ਦਾਅਵਾ ਕਰਦੀ ਹੈ ਕਿ ਅਸੀਂ ਖਤਮ ਕਰਾਂਗੇ, ਲੇਕਿਨ ਸਵਾਲ ਇਹ ਵੀ ਉੱਠਦਾ ਹੈ ਕਿ ਜਦੋਂ ਤੱਕ ਡਿਮਾਂਡ ਹੈ ਉਦੋਂ ਤੱਕ ਸਪਲਾਈ ਹੁੰਦੀ ਰਹੇਗੀ, ਕਿਸੇ ਨਾ ਕਿਸੇ ਤਰੀਕੇ ਨਾਲ ਹੁੰਦੀ ਰਹੇਗੀ, ਰਿਕਵਰੀ ਚਾਹੇ ਜਿੰਨੀ ਮਰਜ਼ੀ ਹੋ ਜਾਏ। ਇਹ ਡਿਮਾਂਡ ਅਤੇ ਸਪਲਾਈ ਦੀ ਚੇਨ ਕਿਵੇਂ ਟੁੱਟ ਸਕਦੀ ਹੈ ਔਰ ਉਹ ਵੀ ਉਸ ਵੇਲੇ ਜਦੋਂ
ਕਿਹਾ ਜਾਂਦਾ ਕਿ ਨੈਕਸਸ ਹੈ, ਪੁਲਿਸ ਸਿਆਸੀ ਲੀਡਰ ਇਸ ਦੇ ਪਿੱਛੇ ਰਹਿੰਦੇ ਨੇ? ਦੇਖੋ ਜੀ, ਸਾਡੀ ਜਿਹੜੇ ਵੀ ਅਫਸਰ ਹੈਗੇ, ਡਿਪਾਰਟਮੈਂਟਸ ਹੈ, ਉਹਨਾਂ ਦੇ ਜਿਹੜੇ ਅਫਸਰ ਨੇ, ਉਹਨਾਂ ਨੂੰ ਸਟੈਂਡ ਲੈਣਾ ਪੈਣਾ, ਕਿਉਂਕਿ ਇਹ ਇੱਕ ਸਾਡਾ ਸੋਸ਼ਲ ਵੀ ਰਿਸਪੋਂਸੀਬਿਲਿਟੀ ਹੈ, ਸਾਡੇ ਦੇਸ਼ ਦੇ ਖਿਲਾਫ਼, ਸਾਡੇ ਪੰਜਾਬ ਦੇ ਖਿਲਾਫ਼, ਸਾਡੇ ਯੂਥ ਦੇ ਖਿਲਾਫ਼, ਸਾਡੇ ਸਮਾਜ ਦੇ ਖਿਲਾਫ਼, ਸਾਡੇ ਪੇਰੈਂਟਸ, ਸਾਡੇ ਲੇਡੀਜ਼ ਦੇ ਖਿਲਾਫ਼, ਇਹ ਇੱਕ ਬਹੁਤ ਵੱਡਾ ਇੱਕ ਸਾਜਿਸ਼ ਹੈ, ਕ੍ਰਾਈਮ ਹੈ। ਅਸੀਂ ਬਹੁਤ ਲੂਜ਼ ਕਰ ਚੁੱਕੇ ਹਾਂ, ਹਜ਼ਾਰਾਂ ਯੂਥ ਅਸੀਂ ਲੂਜ਼ ਕਰ ਚੁੱਕੇ ਹਾਂ। ਮੈਂ ਲਾਸਟ ਦੇ ਵਿੱਚ ਮੈਂ ਇਹ ਜ਼ਰੂਰ ਕਹਿਣਾ ਚਾਹੂੰਗਾ ਕਿ ਜਿਹੜੇ ਨਸ਼ਾ ਜਿਹੜਾ ਹੈ, ਡਰੱਗ ਜਿਹੜਾ ਹੈ, ਉਹ ਜ਼ਿਆਦਾ ਟਾਈਮ ਨਹੀਂ ਰਹਿ ਸਕਦਾ ਜੇ ਕੰਸਰਨਡ ਅਥਾਰਟੀਜ਼ ਇਹ ਡਿਸਾਈਡ ਕਰ ਲੈਣ ਕਿ ਅਸੀਂ ਨਸ਼ਾ ਨਹੀਂ ਬਣਨ ਦੇਣਾ। ਨਸ਼ੇ ਦਾ ਜਿਹੜਾ ਇੰਨਾ ਪ੍ਰਫੁੱਲਿਤ ਜਾਂ ਇੰਨਾ ਸਪਰੈਡ ਹੋਣਾ, ਮੈਂ ਜਿੰਨਾ ਕੁ ਇਨਵੈਸਟੀਗੇਸ਼ਨ ਕੀਤਾ ਹੈ, ਉਹ ਸ਼ੋਅ ਕਰਦਾ ਹੈ ਕਿ ਜਿੱਥੇ ਪੁਲਿਸ ਦਾ ਸਪੋਰਟ ਨਹੀਂ ਹੈਗਾ, ਉੱਥੇ ਨਸ਼ਾ ਨਹੀਂ ਹੋ ਸਕਦਾ। ਪੰਜਾਬ ਦੇ ਵਿੱਚ ਪੁਲਿਸ ਦੇ ਮੁਲਾਜ਼ਮ ਇਨਵੋਲਵਡ ਹੈ, ਪੁਲਿਸ ਦੇ ਅਫਸਰ ਇਨਵੋਲਵਡ ਹੈ, ਕਈ ਅਫਸਰ ਡਿਸਮਿਸ ਕੀਤੇ ਗਏ ਹੈ, ਕਈ ਅਫਸਰ ਭਗੌੜੇ ਹੈ, IG ਲੈਵਲ ਦੇ ਅਫਸਰ ਹੈ, ਉਹਨਾਂ ਤੋਂ ਉੱਪਰ ਵੀ ਅਫਸਰ ਹੈ ਜਿਨ੍ਹਾਂ ਦੇ ਉੱਪਰ ਸ਼ੱਕ ਹੈਗਾ, ਉਹਨਾਂ ਦੀ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਹੈ। ਜਿਹੜੇ ਬੰਦੇ ਸ਼ਾਮਿਲ ਹੈਗੇ ਆ ਉਹਦੇ ਕੋਈ ਕੰਪਰੋਮਾਈਜ਼ ਨਹੀਂ ਹੋਣਾ ਚਾਹੀਦਾ। ਸਾਰੇ ਦੇ ਸਾਰੇ ਜਿਹੜੇ ਪੁਲਿਸ ਦੇ, ਖਾਸ ਤੌਰ 'ਤੇ ਜਿਹੜੇ ਬੰਦੇ ਸ਼ਾਮਿਲ ਹੈ ਜੀ, ਪਬਲਿਕ ਦੇ ਵਿੱਚ ਉਹਨਾਂ ਦੇ ਨਾਮ ਬੋਲਦੇ ਨੇ, ਡਿਫਰੈਂਟ ਰਿਪੋਰਟਸ ਪਈਆਂ, ਉਹਨਾਂ ਲੋਕਾਂ ਨੂੰ ਜਿਹੜਾ ਕੋਈ ਪ੍ਰੋਟੈਕਸ਼ਨ ਦੇ ਰਿਹਾ ਉਹ ਸਮਾਜ ਦਾ ਦੁਸ਼ਮਣ ਹੈ, ਉਹ ਪੰਜਾਬ ਦਾ ਦੁਸ਼ਮਣ ਹੈ। ਲਾਸਟ ਸਵਾਲ, ਇਸ ਕੇਸ 'ਚ ਕਿਹੜੇ ਕਿਹੜੇ ਨਾਮ ਸੀਗੇ ਔਰ ਕਿਹੜੇ ਕਿਹੜੇ ਬੰਦਿਆਂ ਨੂੰ ਸਜ਼ਾ ਹੋਈ ਔਰ ਕਿਹੜੇ ਕਿਹੜੇ ਤੁਹਾਨੂੰ ਲੱਗਦਾ ਕਿ ਗਵਾਹਾਂ ਦੀ ਕਮੀ ਕਰਕੇ ਜਾਂ ਅਜੇ ਵੀ ਤੁਸੀਂ ਕਿਹਾ ਕਿ ਪੈਂਡਿੰਗ ਚੱਲ ਰਹੀ ਹੈ ਜਾਂਚ ਵੱਖ ਵੱਖ ਥਾਵਾਂ 'ਤੇ? ਦੇਖੋ, ਜਿਹੜੀ ਇਨਵੈਸਟੀਗੇਸ਼ਨ ਡਿਪਾਰਟਮੈਂਟ ਦੇ ਵਿੱਚ ਪੈਂਡਿੰਗ ਹੈ ਉਹਦੇ ਉੱਪਰ ਅਸੀਂ ਨਹੀਂ ਬੋਲ ਸਕਦੇ। ਜਿਹੜੀ SIT ਜਾਂ ਪੰਜਾਬ ਪੁਲਿਸ ਕੋਲ ਕੋਈ ਇਨਵੈਸਟੀਗੇਸ਼ਨ ਹੈ ਇਹਨਾਂ ਦੇ ਕਨੈਕਟਡ, ਉਹਦੇ ਉੱਪਰ ਅਸੀਂ ਨਹੀਂ ਬੋਲ ਸਕਦੇ। ਜਿਹੜੀ ਚਾਰਜਸ਼ੀਟ ਅਸੀਂ ਫਾਈਲ ਕਰ ਚੁੱਕੇ ਹਾਈ ਟ੍ਰਾਇਲ ਕੋਰਟ ਦੇ ਵਿੱਚ, ਉਹ ਕਿਉਂਕਿ ਸਬਜੀਡਾਈਜ਼ ਹੈ ਉਹਦੇ ਉੱਪਰ ਅਸੀਂ ਨਹੀਂ ਬੋਲ ਸਕਦੇ। ਹਾਂ, ਜਿਹੜੀ ਦਾ ਫੈਸਲਾ ਹੋ ਚੁੱਕਾ ਉਹਦੇ ਵਿੱਚ ਆਪਾਂ ਬੋਲ ਸਕਦੇ ਹਾਂ। ਜਿੰਨੇ ਮੁਲਜ਼ਮਾਂ ਦਾ ਫੈਸਲਾ ਹੋਇਆ, ਜਿਨ੍ਹਾਂ ਨੂੰ ਸਜ਼ਾ ਹੋਈ, ਉਹਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਰਟ ਨੇ ਕਿਸੇ ਵੀ ਤਰ੍ਹਾਂ ਦੀ ਮਿਸਟੇਕ ਨਹੀਂ ਮਿਲੀ ਕੋਰਟ ਨੂੰ, 100% ਸਾਡਾ ਰਿਜ਼ਲਟ ਹੈ। ਟੋਟਲ 23 ਮੁਲਜ਼ਮ ਸੀਗੇ, ਇਹਦੇ ਵਿੱਚ 23 ਵਿੱਚੋਂ 4 ਮੁਲਜ਼ਮ ਦੀ ਡੈਥ ਹੋ ਗਈ, 2 ਮੁਲਜ਼ਮ ਫਰਾਰ ਨੇ, PO ਡਿਕਲੇਅਰ ਹੋ ਚੁੱਕੇ ਆ, ਬਾਕੀ 17 ਦੇ 17 ਨੂੰ ਸਜ਼ਾ ਹੋ ਗਈ, ਕਨਵਿਕਸ਼ਨ ਹੋ ਗਿਆ, ਉਹਨਾਂ ਦੀ ਪ੍ਰੋਪਰਟੀ ਜ਼ਬਤ ਹੋ ਗਈ। ਸੋ ਇਹਦੇ ਵਿੱਚ ਕੋਈ ਵੀਕਨੈਸ ਨਹੀਂ ਮਿਲੀ, ਇਹ ਗੁੱਡ ਰਿਜ਼ਲਟ ਹੈ ਇਨਵੈਸਟੀਗੇਸ਼ਨ।